ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਕੰਟੈਕਟ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਹੁਤ ਚੰਗੀ ਬਲੱਡ ਲਾਈਨ ਵਾਲੀ ਇਹ ਮੱਝ ਸਾਹਮਣੇ ਸਕਰੀਨ ਤੇ ਦਿਖਦੀ ਪਈ ਐ ਇਹ ਵਕਾਊ ਆ 20 ਕਿਲੋ ਦੁੱਧ ਵਾਲੀ ਮਹਿ ਹੈਗੀ ਪਰ ਇੱਥੇ ਵੀਰ ਨੇ 18-19 ਲੀਟਰਾਂ ਵਿੱਚ ਚੋਇਆ ਹੈਗਾ ਹਰਿਆਣੇ ਦੇ ਵਿੱਚੋਂ 20 ਕਿਲੋ ਮਿਲਕਿੰਗ ਕਰਕੇ ਇਹ ਮੱਝ ਪਿਛਲੇ ਸੂਏ ਆਈ ਹੋਈ ਹੈਗੀ ਤੇ ਹੁਣ ਇੱਕ ਸੂਆ ਪੀਣ ਤੋਂ ਬਾਅਦ ਦੂਜੀ ਸੂਏ ਮੰਨ ਕੇ ਚੱਲੋ ਵੀ ਇਹ ਵਿਕਾਊਗਾ ਕੀ ਇਹ ਹੈ ਸੂਆ ਹੋ ਤੀਜਾ ਚੌਥਾ ਕਿ ਸੂਆ ਕਿਉਂਕਿ ਹਰਿਆਣੇ 'ਚ 20 ਕਿਲੋ ਦੁੱਧ ਨਾਪ ਕੇ ਲੈ ਕੇ ਆਇਆ ਸੀਗਾ ਤੇ ਹੁਣ ਆਪਣੇ ਪੰਜਾਬ 'ਚ ਆ ਗਈ ਤੇ ਉੱਥੇ ਆਪ ਨੂੰ ਪਤਾ ਵੀ 1 ਕਿਲੋ ਅੱਧਾ ਕਿਲੋ ਦੁੱਧ ਥੱਲੇ ਨੀਚੇ ਰਹਿ ਜਾਂਦਾ ਹੁੰਦਾ ਤੇ ਪਰ ਆਪਾਂ ਤੁਸੀਂ ਜੇ ਮੰਨ ਕੇ ਚੱਲੋ ਸ਼ੌਂਕ ਵਾਲਾ ਵੀਰ ਹੋਇਆ ਤਾਂ 20 ਕਿਲੋ ਦੁੱਧ ਵੀ ਇਹ ਚੋ ਸਕਦਾਗਾ ਅੱਗੇ ਬਾਕੀ ਡਿਟੇਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਬਾਈ ਜੀ ਨਾਮ ਐਡਰੈਸ ਬੋਲਿਓ ਜੀ ਆਪਣਾ ਨਾਮ ਗੁਰਜੀਤ ਸਿੰਘ ਹੈ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਜੀ ਤੇ ਆਪਣਾ ਕੰਟੈਕਟ ਨੰਬਰ ਵੀਰੇ 9465214323 946 5214323 14323 ਤੇ ਜਿਹੜੀ ਆਪਾਂ ਇਹ ਮੱਝ ਦੇਖਦੇ ਪਏ ਆ ਸੂਆ ਹੁਣ ਕਿਹੜਾ ਸੂੰਦੀ ਆ ਤੇ ਚੌਥਾ ਸੂਆ ਸੂੰਦੀ ਆ ਜੀ ਠੀਕ ਆ ਤੀਜੇ ਸੂਏ ਆਪਾਂ ਮੰਨ ਲਾ ਚਵਾਈ ਕਰਕੇ ਖਰੀਦੀ ਸੀ ਚਵਾਈ ਕਰਕੇ 20 ਲੀਟਰ ਲੈਂਦੀ ਸੀ ਫਿਰ ਹਸਿਆਰ ਤੋਂ ਠੀਕ ਆ ਲੀਟਰਾਂ ਚ ਮਿਲਾ ਸੀ ਇਹ ਕਿਲੋਆਂ ਚ ਲੀਟਰਾਂ ਚ ਅਛਾ 20 ਲੀਟਰ ਸੋਨੂੰ ਮਿਣ ਕੇ ਮੰਨ ਲਾ ਮੈਂ ਉੱਥੋਂ ਦੇ ਦਿੱਤੀ ਸੋਨਾਂ ਨੇ ਹਾਂਜੀ ਠੀਕ ਆ ਇਹਦੇ ਪਿੱਛੇ ਆਇਆ ਸੀਗਾ ਕੱਟਾ ਜੀ ਠੀਕ ਆ ਆਹ ਕੱਟਾ ਨਾਲ ਆਇਆ ਸੀ ਕੱਟਾ ਮੇਰੇ ਹਿਸਾਬ ਨਾਲ 1.5 ਸਾਲ ਦਾ ਹੋ ਗਿਆ ਲੱਗਦਾ ਹਾਂ 1.5 ਸਾਲ ਦਾ ਹੈ ਜੀ 1.5 ਸਾਲ ਬਾਦ ਉਸ ਵਾਈਏ ਵੀ ਆਹ ਚਵਾਈ ਤੇ ਪਾਉਂਦੀ ਸੀਗੀ ਠੀਕ ਆ ਵੀ ਮੰਨ ਕੇ ਚਲੋ ਵੀ ਗੱਪਣ ਪਤਾਂ ਲੇਟ ਕਰਵਾਈ ਜਾ ਵੀ ਚਵਾਈ ਕਰਾਵੇ ਮੇਲੇ ਵਗੈਰਾ ਦੇਖਣ ਸੌ ਠੀਕ ਹੈ ਤੇ ਫਿਰ ਇੱਥੇ ਜਿਹੜੀ ਆ ਪਾਉਂ ਲੋਕਲ ਵੀ ਤੁਸੀਂ ਚਵਾਈ ਕਰਾਤੀ ਸੀ ਡਾਕਟਰਾਂ ਨੂੰ ਆ ਇੱਥੇ ਵੀ ਡਾਕਟਰ ਤੋਂ ਕਰਾਤੀ ਸੀ ਇੱਥੇ ਵੀ ਦੁੱਧ ਨੂੰ ਸਹੀ ਨਿਕਲੇ ਵੀ ਨਹੀਂ ਠੀਕ ਹੈ ਨਹੀਂ ਕਿਲੋ 2 ਲੀਟਰ ਹੀ ਨਵਰੇ ਕਿੰਨੇ ਲੋ ਅੱਜ ਦੁੱਧ ਕਿੰਨਾ ਝੋਲਿਆ ਸੀਗਾ ਇਹਦੇ 19 ਲੀਟਰ 300 ਗ੍ਰਾਮ ਕੱਢਿਆ ਸੀਗਾ ਜੀ ਠੀਕ ਆ 19 ਕਿਲੋ ਹਾਂਜੀ ਮਤਲਬ ਕੰਡੇ ਜਰਾ ਕੇ ਡਾਟ ਨਾਲ ਚੋਾਈ ਠੀਕ ਐ ਸਵੇਰ ਥੋੜਾ ਕਹਿਣ ਚ ਫਰਕ ਆ 19 ਕਿਲੋ ਤੋਂ ਬਾਹਰ ਦੇ ਦੀ ਚੋਾਈ ਕਰਾਈ ਵੀ ਆ ਹਾਂਜੀ ਤੇ ਸਰਟੀਫਿਕੇਟ ਮਿਲਿਆ ਨਹੀਂ ਫਿਰ ਆਲੇ ਸਰਟੀਫਿਕੇਟ ਦਿੱਤਾ ਨਹੀਂ ਉਹਨਾਂ ਨੇ ਠੀਕ ਆ ਮਾਲਾ ਮਿਲ ਸਕਦਾ ਉੱਥੋਂ ਜੇ ਆਪਣੇ ਕੋਲ ਤੁਹਾਨੂੰ ਲਾਇਆ ਸੀਗਾ ਠੀਕ ਐ ਮਿਲ ਸਕਦਾ ਠੀਕ ਆ ਆਪਣੇ ਜਿਹੜਾ ਠਿਕਰੀ ਵਾਲ ਬਣਿਆ ਹੋਇਆ ਹਸਪਤਾਲ ਉੱਥੇ ਉੱਥੋਂ ਮਿਲੂਗਾ ਠੀਕ ਐ ਤੇ ਹੁਣ ਦੇਣ ਕਿੰਨੇ ਕੁ ਰਹਿ ਗਏ ਸੂਣ ਦੇ ਦੇ ਦੇਣ ਤਿੰਨ ਦਿਨ ਇਹਦੇ ਰਹਿ ਗਏ ਸੂਣ ਦੇ ਤੇ ਫਿਰ ਗੱਬੜ ਕਿਹਦੇ ਸਾਹਮਣੇ ਕਰਵਾਤੀ ਹੁਣੇ ਗੋਪੀ ਬੰਨ ਤੋਂ ਹੈ ਜੀ ਠੀਕ ਹੈ ਆਪਣਾ ਗੋਪੀ ਸੰਨਾਲਾ ਸਾਹਣ ਸੰਨਾਲੇ ਜਗੀਰ ਦੇ ਡਾਕਟਰ ਠੀਕ ਹੈ ਸੋ ਵੀਰੋ ਗੋਪੀ ਬੰਨ ਤੋਂ ਹੈਗੇ ਕੱਬਣ ਤੇ ਮੋਲ ਵਗੈਰਾ ਫਿਰ ਇਹਦਾ ਕੀ ਕਰਨਾ ਮੋਲ ਜੀ ਫੋਨ ਤੇ ਕਰਾਂਗੇ ਜੀ ਠੀਕ ਹੈ ਮੋਲ ਦਾ ਤੋ ਫੋਨ ਤੇ ਕਰਾਂਗੇ ਵੱਧ ਹੋ ਮੋਲ ਥੋੜਾ ਜਿਆ ਤੇ ਵੀ ਕਾਰਨ ਵੀ ਜਿਹੜਾ 19 20 ਕਿਲੋ ਆਪਾਂ ਕਹਿ ਦਿੰਨੇ ਆ ਹਾਂ ਜੀ ਤੇ ਵੀ ਉਮੀਦ ਹੈਗੇ ਵਿੱਚ ਵਾਦੋਂਗੇ ਜੇ ਕੋਈ ਗੱਲ ਵਾਦਾਂਗੇ ਜੀ ਠੀਕ ਹੈ ਤੋੜ ਦੇ ਫਿਰ ਬਾਹਰ ਨੂੰ ਸੋ ਫਿਰ 19 ਕਿਲੋ ਤੋਂ ਬਾਹਰ ਵੀ ਕਿਹਾ ਬਲਾਗ ਦੀ ਮੇਰੀ ਚਵਾਈ ਵੀ ਕਰਵਾਈ ਵੀ ਆ ਬਲਾਗ ਦੇ ਵਿਚ ਰਿਕਾਰਡ ਦਰਜੇ ਦਾ ਹੈਗਾਗਾ ਤੇ ਉਥੇ ਆਪਾਂ ਪਤਾ ਵੀ ਕਰ ਸਕਦੇ ਜਾ ਕੇ ਤੇ ਤਿੰਨ ਚਾਰ ਦਿਲ ਬਾਕੀ ਹਜੇ ਲੈਂਦੀ ਪਈ ਆ ਚੌਥਾ ਸੂਆ オリジナル ਸੂਂਦੀ ਵੀ ਆ ਤੀਜੇ ਸੂਏ 20 ਲੀਟਰ ਦੁੱਧ ਵੀਰ ਮੈਂ ਕੇ ਲੈ ਕੇ ਆਇਆ ਸੀਗਾ ਤੇ ਮੰਨ ਕੇ ਚੱਲੋ 19 ਕਿਲੋ ਤੋਂ ਬਾਹਰ ਦੁੱਧ ਦਾ ਮੈਂ ਦਾ ਦੁੱਧ ਕੱਢਿਆ ਹੋਇਆ ਕਿਉਂਕਿ ਚਵਾਈ ਕੀਤੀ ਖਰਾਕ ਵਗੈਰਾ ਵੀ ਚੰਗੀ ਮੇਨਟੇਨ ਵਗੈਰਾ ਕੀਤਾ ਬਾਕੀ 54 ਵੀ 17 18 ਕਿਲੋ ਵਾਲੇ ਮੰਜਾਂ ਦੇ ਜਾ ਕੇ ਹੁੰਦੀਆਂ ਨੇ ਤੇ ਲਚਕਾ ਵਗੈਰਾ ਬਹੁਤ ਜ਼ਿਆਦਾ ਪਿੰਡੇ ਦੇ ਤੌਰ ਦੇ ਲੋਕੀ ਨੂੰ ਸਮਾਰ ਕੇ ਬਾਕੀ ਥਾਣ ਵਗੈਰਾ ਸੋਹਣਾ ਗੁੱਲੇ ਵਾਲਾ ਜੋਸ ਆਲਾ ਲੱਗਿਆ ਤੇ ਬਾਕੀ ਪਿੰਡੇ ਦੇ ਲਚਕਾਪ ਉਹਨੂੰ ਦਿਖਾਈ ਦਿੰਦਾ ਪਿਆ ਇਹਦਾ ਰੋਕ ਲੈ ਵੀਰੇ ਸਵਰਤ ਤੌਰ ਵਗੈਰਾ ਤੁਰਦੀ ਮਾਜੀ ਤੁਸੀਂ ਇੱਕ ਔਰ ਦੇਖ ਸਕਦੇ ਹੋ ਬਹੁਤ ਚੰਗੀ ਮੈਂ ਆ ਪੂਰੇ ਦੁੱਧ ਢਾਣੀ ਜਮਾ ਲੈ ਚੱਲ ਬੰਨ ਵਾਲਾ ਵੀਰੇ ਤੇ ਬਾਕੀ ਇਹਦੇ ਥਾਣਾ ਦੇ ਵਿੱਚ ਕੋਈ ਮੰਨ ਕੇ ਚੱਲੋ ਊਜਨੀ ਜਨੀ ਹੈਗੀ ਇੱਕੋ ਜਿੱਕੇ ਦੇ ਚਾਰੇ ਥਾਣਾ ਗੈਪ ਤੇ ਸੋਹਣੇ ਨਿਕਲਵੇਂ ਲੱਗੇ ਹੋਏ ਵਿੱਥੀ ਤੇ ਤੇ ਬਾਕੀ ਮੇਨ ਚੀਜ਼ ਆਪਾਂ ਦੇਖੀਏ ਪਿੰਡੇ ਦੇ ਵਿੱਚ ਲਚਕਾ ਬਹੁਤ ਆਗੇ ਤੋਂ ਦੇਖੋ ਸਾਤੀ ਵਗੈਰਾ ਬਿਲਕੁਲ ਪਤਲੀ ਤੇ ਸਿੰਘ ਵੀ ਸੋਹਣਾ ਲੱਗਿਆ ਹੋਇਆ ਤੇ ਹੈ ਇਹ ਸੂਆ ਚੌਥਾ ਆ ਦੇਖ ਸਕਦੇ ਪਿੰਡੇ ਜਲਜਕਾ ਪੂਰੇ ਦੁੱਧਲੇ ਕਰੈਕਟਰ ਆ ਜਾਵਾ ਕੋਈ ਐਕਸਟਰਾ ਫੈਟ ਵਗੈਰਾ ਭੋਰਾ ਵੀ ਨਹੀਂ ਹੈਗੀ ਤੇ ਦੇਣੇ ਦੇ ਮੰਨ ਕੇ ਚੱਲੀ ਅਜੇ 4 ਦਿਨ ਬਾਕੀ ਰਹਿ ਗਏ ਸੂਣ ਜਣਾ ਹਾਂ ਤਿੰਨ ਦਿਨ ਬਾਕੀ ਰਹਿੰਦੇ ਠੀਕ ਹੈ ਮੰਨ ਕੇ ਚੱਲੋ ਵੀ 5-4 ਦਿਨ ਉੱਤੇ ਥੱਲੇ ਵੀ ਲੈ ਜੂਗੀ ਹਾਂ ਉਹ ਤਾਂ ਉੱਤੇ ਲਈ ਠੰਡਾ ਹੋ ਗਈ ਜੀ ਹੁਣ ਤਾਂ ਠੀਕ ਹੈ ਬਈ ਤੇ ਦੁੱਧ ਤੋਂ ਸਾਡੀ ਨੀ ਮੇਰਾ ਟਾਈਮ ਕਿੰਨਾ ਖੋਇਆ ਇਹਨੂੰ ਇਹਨੂੰ 3 ਕਿ ਮਹੀਨੇ ਹੋਇਆ ਜੀ ਛੱਡੀ ਨੂੰ ਠੀਕ ਹੈ ਮਾਲਾ ਵਧੀਆ ਐਂਡ ਤੱਕ ਮਿਲਦੀ ਰਹੀ ਐ। ਜਮਾ ਸਹੀ ਮਿਲਦੀ ਰਹੀ ਐ। ਤਿੱਤੋ ਕੋੜ ਹੋਈ ਵੀ ਦੁੱਧ ਕਿੰਨਾਕ ਦਿੰਦੀ ਰਹੀ ਐ? ਤੋਕੜੇ 14-15 ਲੀਟਰ ਘੜਦੀ ਰਹੀ ਐ। ਸੇ ਤੋਕੜ ਮੱਝੀ ਗੱਪਣੀ ਤਾਂ ਹੋ ਗਈ ਸੀਗੀ। ਕਿਉਂਕਿ ਅਸੀਂ 4 ਪੌਣੇ ਮੱਕੀ ਦਾ। ਠੀਕ ਐ 4 ਵਗੈਰਾ ਪੌਣੇ ਆ ਤੇ ਫਿਰ ਕੱਲਾ। ਤੂੰ ਵੀ ਅਸੀਂ ਬਰੇਮ ਦੀ ਖਾਲ ਪਾਉਣੇ ਆ। ਰੰਗ ਕੇ ਪਾਉਣੇ ਆ। ਮਾਲਾ ਖਰਾਕ ਫਿਰ ਹਰਿਆਣੇ ਵਾਲੀ ਰੱਖੀ ਹੋਈ ਐ। ਹਾਂ ਉਹੀ ਰੱਖੀ ਹੋਈ ਐ ਜਿਵੇਂ ਦੱਸੀ ਸੀ ਉਹਨਾਂ ਨੇ ਉਕੋ। ਜਿਵੇਂ ਉਹਨਾਂ ਨੇ ਦੱਸੀ ਉਮੀ ਰੱਖੀ ਹੋਈ ਐ। ਠੀਕ ਹੈ ਸੋਭਰਾ ਅੱਜ ਆਪਾਂ ਸਾਨੂੰ 20 ਕਿਲੋ ਵਾਲੀ ਮਹਿ ਦਿਖਾਤੀ ਜਿਹੜਾ ਵੀਰ ਸ਼ੌਂਕ ਨਾਲ ਕਹਿੰਦੇ ਆਪਾਂ 20 ਕਿਲੋ ਵਾਲੀ ਮੱਝ ਖਰੀਦਣੀ ਆ ਖੈਰ ਮੈਂ ਦੁੱਧ ਵਾਲੇ ਚੰਗਾ ਦੁੱਧ ਦੇ ਦੂੰ ਕਿਉਂਕਿ ਬੋਡੀ ਸਟਰਕਚਰ ਇਹਦਾ ਦੱਸਦਾ ਪਿਆ ਹੈਗਾ ਕਿ ਵਾਕੇ ਦੁੱਧ ਵਾਲੀ ਆ ਖੈਰ ਆਪੋ ਨੇ ਪਤਾ ਫਿਰ 20 ਕਿਲੋ ਵਾਲੇ ਮੱਝਾਂ ਇਹਨਾਂ ਦੀ ਕੀਮਤ ਲੱਖਾਂ ਚ ਜਾਂਦੀ ਆ ਪੈਸੇ ਲਾਉਣੇ ਪੈਂਦੇ ਆ ਕਿ ਬਹੁਤ ਵੀਰ ਕਹਿੰਦਾ ਕਿ ਚੰਗਾ ਪਸ਼ੂ ਲੈਣਾ ਤੇ ਲਚਕਾ ਵਗੈਰਾ ਪਸ਼ੂ ਦੇ ਪਿੰਡ 'ਚ ਬਹੁਤ ਜ਼ਿਆਦਾ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲੇ ਦਾ ਇਹ ਪਿੰਡ ਹੈਗਾ ਤੇ ਵੀਰੇ ਨੰਬਰ ਫੇਰ ਬੋਲਦੇ ਇੱਕ ਵਾਰੀ ਆਪਣਾ 91 ਸੇ 54 ਤੱਕ ਤੇਜੀ ਠੀਕ ਹੈ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ